ਦਿੱਲੀ ਤੋਂ ਖਬਰ ਹੈ ਜਿੱਥੇ ਲੋਕਾਂ ਨੂੰ ਦਿਲਾਸਾ ਦੇਣ ਵਾਲੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਮੀ ਤੋਂ ਘਬਰਾਉਣ ਦੀ ਹੁਣ ਲੋੜ ਨਹੀਂ ਹੈ ਕਿਉਂਕਿ ਲੋਕਾਂ ਨੂੰ ਘਰ ਦੇ ਵਿੱਚ ਹੀ ਐਮਰਜੈਂਸੀ ਆਕਸੀਜਨ ਪਹੁੰਚਾਉਣ ਦੇ ਲਈ ਕੇਜਰੀਵਾਲ ਸਰਕਾਰ ਇੱਕ ਆਕਸੀਜਨ ਪੂਲ ਬਣਾਏਗੀ ਡੀਐਮ ਖੁਦ ਆਕਸੀਜਨ ਪੂਲ ਦੀ ਨਿਗਰਾਨੀ ਕਰੇਗਾ ਡੀਐਮ ਕੋਵਿਡ ਮਰੀਜ਼ ਦੀ ਗੰਭੀਰਤਾ ਬਾਰੇ ਫੈਸਲਾ ਲੈਣਗੇ ਤੇ ਤੈਅ ਕਰਨਗੇ ਕਿ ਕਿਹੜੇ ਘਰੇ ਆਕਸੀਜਨ ਦੇਣੀ ਹੈ ਕਿਹੜੇ ਨਹੀਂ ਸਿਹਤ ਵਿਭਾਗ ਨੇ ਦਿੱਲੀ ਦੇ ਹਰ ਜ਼ਿਲ੍ਹੇ ਨੂੰ 20 ਆਕਸੀਜਨ ਸਿਲੰਡਰਾਂ ਦਾ ਕੋਟਾ ਦਿੱਤਾ ਹੈ ਆਕਸੀਜਨ ਸਿਲੰਡਰ ਘਰ-ਘਰ ਕਿਵੇਂ ਪਹੁੰਚਾਏ ਜਾਣਗੇ ਇਸ ਵਕਤ ਦਿੱਲੀ ਦੇ ਵਿੱਚ 50000 ਤੋਂ ਵੱਧ ਮਰੀਜ਼ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਜਿਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ ਤਾਂ ਹਰ ਕੋਈ ਹਸਪਤਾਲ ਪਹੁੰਚੇਗਾ ਤਾਂ ਭੀੜ ਵਧੇਗੀ ਅਜੇ ਹਾਲਾਤਾਂ ਦੇ ਵਿੱਚ ਦਿੱਲੀ ਸਰਕਾਰ ਮਰੀਜ਼ਾਂ ਨੂੰ ਘਰ-ਘਰ ਆਕਸੀਜਨ ਦੇਣ ਜਾ ਰਹੀ ਹੈ ਪਰ ਇਹ ਜਿਹੜਾ ਫਾਰਮੂਲਾ ਕਿੰਨਾ ਕੁ ਸਕਸੈਸ ਹੋਏਗਾ ਇਹ ਇੱਕ ਵੱਡੀ ਚੁਣੌਤੀ ਹੋਏਗੀ ਦਿੱਲੀ ਸਰਕਾਰ ਦੇ ਲਈ ਇਸ ਦੇ ਲਈ ਦਿੱਲੀ ਸਰਕਾਰ ਨੇ ਸਪਲਾਈ ਵਿੱਚ ਸਹਾਇਤਾ ਲਈ ਖਾਲੀ ਆਕਸੀਜਨ ਸਿਲੰਡਰ ਕਰਨ ਦੀ ਲੋਕਾਂ ਨੂੰ ਦਾਨ ਦਾਨ ਕਰਨ ਦੀ ਅਪੀ ਕੀਤੀ ਹੈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਆਸ਼ੀਸ਼ ਗੁੰਦਰਾ ਦੇ ਮੁਤਾਬਿਕ ਰਾਜ ਘਾਟ ਡੀਟੀਸੀ ਬੱਸ ਡਿਪੋ ਨੂੰ ਇੱਕ ਕੇਂਦਰ ਬਣਾਇਆ ਗਿਆ ਜਿੱਥੇ ਆਕਸੀਜਨ ਸਿਲੰਡਰ ਲੋਕ দান ਕਰ ਸਕਦੇ ਨੇ ਇੱਕ ਨੰਬਰ ਵੀ ਦਿੱਤਾ ਗਿਆ ਜਿਸ ਤੇ ਦਿੱਲੀ ਦੇ ਲੋਕ ਫੋਨ ਕਰ ਸਕਦੇ ਨੇ ਇਹ ਨੰਬਰ ਹੈ 011 232707118011232707118 ਰਜਿਸਟ੍ਰੇਸ਼ਨ ਤੁਸੀਂ ਕਿਵੇਂ ਕਰਵਾਉਣੀ ਹੈ ਸਿਲੰਡਰ ਲੈਣ ਦੇ ਲਈ ਉਹਦੇ ਲਈ ਤੁਹਾਨੂੰ www.delhi.gov.in ਦੇ ਉੱਤੇ ਜਾਣਾ ਪਵੇਗਾ ਇਹ ਇਹ ਪੋਰਟਲ ਖੋਲੋਗੇ ਤਾਂ ਤੁਹਾਡੇ ਤੋਂ ਫੋਟੋ ਤੁਹਾਡਾ ਆਧਾਰ ਕਾਰਡ شناక్తి ਕਾਰਡ ਤੁਹਾਡਾ ਪਤਾ ਪੁੱਛਿਆ ਜਾਏਗਾ कोरोना टेस्ट रिपोर्ट दर्ज करवावणी जरूरी है यानी कि पॉजिटिव मरीजानू ही ये सहूलत मिलेगी जे सीटी स्कैन ਕੀਤਾ ਜਾਂਦਾ ਤਾਂ ਇਸਦੀ ਰਿਪੋਰਟ ਵੀ ਪੋਰਟਲ ਤੇ ਅਪਲੋਡ ਕੀਤੀ ਜਾ ਸਕਦੀ ਹੈ ਪੋਰਟਲ ਤੇ ਰਜਿਸਟਰੀ ਹੋਣ ਤੋਂ ਬਾਅਦ ਡੀਐਮ ਕੋਵਿਡ ਦੇ ਮਰੀਜ਼ ਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਵਾਏਗਾ ਜੇ ਲੋਡ ਪਈ ਤਾਂ ਰੀਫਿਲ ਵੀ ਕਰਵਾਇਆ ਜਾਏਗਾ ਉਹਦੇ ਲਈ ਇੱਕ ਪਾਸ ਹੈ ਜਿਹੜਾ ਉਹ ਦਿੱਲੀ ਵਾਸੀਆਂ ਨੂੰ ਦਿੱਤਾ ਜਾਏਗਾ ਆਸ ਕਰਦੇ ਹਾਂ ਕਿ ਦਿੱਲੀ ਦੇ ਲੋਕ ਹੁਣ ਸਾਹ ਲੈਣ ਖਣੋਂ ਨਾ ਮਰਨ ਤੇ ਕੇਜਰੀਵਾਲ ਸਰਕਾਰ ਹੈ ਜਿਹੜੀ ਉਹ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਕਿਉਂਕਿ ਹੁਣ ਕੇਜਰੀਵਾਲ ਨੇ ਵੀ ਦੱਸ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਦੀ ਜਿੰਨੀ ਲੋੜ ਹੈ ਉਹਦੇ ਮੁਤਾਬਿਕ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੇਣੀ ਸ਼ੁਰੂ ਕਰ ਦਿੱਤੀ ਹੈ